मैं मौजूद हाँ अबोर दे दीवानखेड़ा पिंड दे विच। किसे वक्त अबोर नू किन्नुआ दा कैलीफोर्निया भी कहा जाता सी, पर सब तो वड्डी त्रासदी ये है कि अज वड्डे बागां दे मालक किन्नुआ दे बूटे वल वेख के हाले कढ रहे ने। पर मैं अज उस किसान दे नाल मिलाउण जा रहा जिन्हों का कहना है कि जे सरकार इन्हां दी गल नू मन लैंदी है ਤਾਂ ਇਹ ਕਿਨੂਆ ਦਾ ਕੈਲੀਫੋਰਨੀਆ ਫੇਰ ਤੋਂ ਬਹਾਲ ਹੋ ਸਕਦਾ ਹੈ। ਆਪਣੇ ਏਰੀਆ 'ਚ 20 ਤਰ੍ਹਾਂ ਦੇ ਫਰੂਟ ਹੋ ਸਕਦੇ ਜੇ ਗਵਰਨਮੈਂਟ ਉਹਨਾਂ 'ਚ ਇੰਟਰਸਟ ਲੈ। ਵੀ ਅਕਸਰ ਅਸੀਂ ਪ੍ਰੋਬਲਮਸ ਦੀ ਗੱਲ ਤਾਂ ਕਰ ਦਿੰਨੇ ਆ, ਸਰਕਾਰ ਤੇ ਤੰਜ ਕਰਤਾ ਕਿ ਸਰਕਾਰ ਇਹ ਨਹੀਂ ਕਰਦੀਆਂ, ਸਰਕਾਰਾਂ ਨਿਕੰਮੀਆਂ, ਇਹ ਅਕਸਰ ਗੱਲਾਂ ਬਹੁਤ ਅਰਸੇ ਤੋਂ ਸੁਣਦੇ ਆਏ, ਪਰ ਅਸੀਂ ਸੋਲੂਸ਼ਨ ਦੀ ਗੱਲ ਨਹੀਂ ਕਰਦੇ। सरकार जावे तो सानू मंडीकरण बड़ा ईजी हो सकता, पंजाब सरकार का हर स्टेट से दुकाना हो ते मैं आ रहा हूं। सरकार ये भी कहती है कि भी असी तो सब्सिडी दे रहे हैं, असी तो फार्मर नु सपोर्ट कर रहे हैं, फिर फार्मर क्यों नाराज है? जे सानू तबाही दे लिया था उन्होंने, जेड़ा कि बुढ़े नाले दा पानी लुधियाने दा या जलंधर दा नागपाल साहब आपदा बाग आप दे हाथी पटना ना, बिल्कुल आप दे जवान बच्चे नु गला घुट के मारने वाली गल हुंदी है। बिजली कहंदे ने कैंसर आ गया, इहदा कोई हल नहीं, आप दे अखां देख दे देख के जन्ने कि मर रहे मर रहे मर रहे और मर गया। ਸਤਿ ਸ਼੍ਰੀ ਅਕਾਲ ਜੀ, ਇਸ ਵਕਤ ਮੇਰੇ ਨਾਲ ਨੇ ਕਿਸਾਨ ਅਜੇ ਵਦਵਾ ਜਿਹੜੇ ਕਿ ਅਬੋਰ ਦੇ ਦੀਵਾਨ ਖੇੜਾ ਪਿੰਡ ਦੇ ਨੇ ਤੇ ਬਾਗਬਾਨੀ ਦਾ ਤਜਰਬਾ ਜੇ ਗੱਲ ਕਰੀਏ ਤਾਂ 41 ਤੋਂ 42 ਸਾਲ ਹੋ ਗਏ ਹੈ। ਵਦਵਾ ਸਾਹਿਬ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ। ਬਾਕੀ ਇੱਥੇ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਵੀ ਜੀ ਆਇਆਂ ਨੂੰ। ਵਦਵਾ ਸਾਹਿਬ, ਬਾਗਬਾਨੀ ਦਾ ਅਬੋਰ ਇਲਾਕੇ ਦੇ ਵਿੱਚ ਇੱਕ ਟਾਈਮ 'ਤੇ ਕਿਨੂਆ ਦਾ ਕੈਲੀਫੋਰਨੀਆ ਕਿਹਾ ਜਾਂਦਾ ਸੀ ਜੀ, ਬਾਗਾਂ ਦੇ ਮਾਲਕ ਇੱਥੇ ਰਹਿੰਦੇ ਸੀ। ਸੋ ਅੱਜ ਬਾਗਾਂ ਦਾ ਇਹ ਹਾਲ, ਇਹ ਤ੍ਰਾਸਦੀ ਕੀ ਹੈ? ਬਾਗਾਂ ਦਾ ਇਹ ਹਾਲ ਵੇਖਣ ਨੂੰ ਕਿਉਂ ਮਿਲ ਰਿਹਾ? ਕਈ ਲੋਕ ਇਹ ਵੀ ਕਹਿ ਰਹੇ ਕਿ ਸੂਰਜ ਦੀ ਗਰਮੀ ਦੇ ਨਾਲ ਜਿਹੜੀ ਫਰੂਟਿੰਗ ਹੈ ਉਹ ਘੱਟ ਗਈ, ਕਣਕਾਂ ਦਾ ਝਾੜ ਵੀ ਘਟਿਆ, ਕਿ ਸੱਚਮੁੱਚ ਇਹੀ ਕਾਰਨ ਹੈ ਜਾਂ ਫਿਰ ਹੋਰ ਕੋਈ ਕਾਰਨ ਵੀ ਨਾਲ ਦੇਖੇ ਜਾ ਰਹੇ? ਕਿਉਂਕਿ ਤੁਹਾਡਾ ਤਜਰਬਾ ਜਿਹੜਾ ਉਹ ਬਾਗਬਾਨੀ ਦੇ ਵਿੱਚ ਕਾਫੀ ਜ਼ਿਆਦਾ ਹੋ ਚੁੱਕਿਆ। ਮੈਂ ਤੁਹਾਨੂੰ ਇਸ ਬਾਰੇ 'ਚ ਥੋੜ੍ਹਾ ਸ਼ੁਰੂ ਤੋਂ ਦੱਸੂੰਗਾ ਡਿਟੇਲ 'ਚ ਕਿ ਮੈਂ 81 'ਚ ਖੇਤੀ ਕਰਨੀ ਸਟਾਰਟ ਕਰਤੀ। ਠੀਕ ਹੈ ਜੀ। ਉਹ ਉਸ ਟਾਈਮ ਮੇਰੇ ਕੋਲ ਸਿਰਫ ਪਲੇਨ ਲੈਂਡ ਸੀਗੀ ਅਤੇ ਮਤਲਬ ਸਿੰਪਲ ਖੇਤੀ ਸੀ, ਨਰਮੇ ਕਣਕ ਦੀ ਸੀ। ਠੀਕ ਹੈ ਜੀ। ਜਾਂ ਸਰਸੋਂ, ਗੁਆਰਾ, ਮੂੰਗੀ ਜੋ ਵੀ ਅਸੀਂ ਬੀਜਦੇ ਸੀ। ਉਸ ਤੋਂ ਬਾਅਦ ਉਦੋਂ ਕੀ ਸੀ, ਕਿਨੂਆਂ ਦੇ ਮੈਂ ਦੋਸਤਾਂ ਦੇ ਬਾਗ ਦੇਖਦਾ ਜ਼ਰੂਰ ਹੁੰਦਾ ਸੀ, ਦੋਸਤਾਂ ਦੇ ਖੇਤਾਂ 'ਚ ਵੀ ਜਾਂਦਾ ਸੀ, ਕਿਨੂ ਦੇ ਬਾਰੇ 'ਚ ਨੌਲੇਜ ਲੈਂਦੇ ਰਹਿੰਦੇ ਸੀ। ਪਰ ਸਾਡੇ ਕੋਲ ਬਦਕਿਸਮਤੀ ਨਾਲ, ਮੈਂ ਪੰਜਾਬ ਦੀ ਪੰਜਾਬਾ ਮਾਈਨਰ ਨਹਿਰ ਦਾ ਟੇਲ ਐਂਡ ਦਾ ਲਾਸਟ ਫਾਰਮਰ ਸੀ ਪੰਜਾਬ ਦਾ ਮੈਂ, ਕਿ ਜਿੱਥੇ ਜਿਹੜੀ ਸਰੰਦ ਫੀਡਰ ਸ਼ੁਰੂ ਹੁੰਦੀ ਹੈ, ਜਿੱਥੋਂ ਪਾਣੀ ਲਾਸਟ ਆ ਕੇ ਖਤਮ ਹੁੰਦਾ ਸੀ ਮੇਰੇ ਖੇਤ 'ਚ ਖਤਮ ਹੁੰਦਾ। ਠੀਕ ਹੈ ਜੀ। ਅਤੇ ਉਹ ਮੈਂ 81 'ਚ ਖੇਤੀ ਸਟਾਰਟ ਕੀਤੀ, ਨਹਿਰਾਂ ਪੱਕੀਆਂ ਬਣ ਗਈਆਂ, ਜਿਸ ਵਜ੍ਹਾ ਨਾਲ ਕਿ ਅਸੀਂ ਮਤਲਬ ਕਹਿ ਲਓ ਵੀ ਬਾਗ ਨਹੀਂ ਲਗਾ ਸਕਦੇ ਸੀ। ਮੈਂ ਉਦੋਂ 2 ਏਕੜ ਅੰਗੂਰ ਲਗਾਇਆ ਸੀਗਾ, ਪਰ ਪਾਣੀ ਨਾ ਹੋਣ ਦੀ ਵਜ੍ਹਾ ਨਾਲ ਮੈਨੂੰ 5-4 ਸਾਲਾਂ 'ਚ ਕੋਈ ਮੁਨਾਫਾ ਨਹੀਂ ਹੋਇਆ, ਕੋਈ ਇਨਕਮ ਨਹੀਂ ਲੈ ਸਕਿਆ, ਕੋਈ ਖੇਤੀ ਨਹੀਂ ਕਰ ਸਕਿਆ, ਮੈਨੂੰ ਪੁੱਟਣਾ ਪਿਆ। ਫਿਰ ਉਸ ਤੋਂ ਠੀਕ 10 ਸਾਲਾਂ ਬਾਅਦ 89-90 'ਚ ਆ ਕੇ ਮੈਂ ਨਹਿਰ ਟੂ ਨਹਿਰ ਏਰੀਆ ਆਪਦਾ ਟ੍ਰਾਂਸਫਰ ਕਰਾਇਆ ਜਦੋਂ ਜਦ ਕਰਕੇ, ਅਤੇ ਪਾਣੀ ਦੇ ਵੱਲੇ ਆਏ। ਠੀਕ ਹੈ ਜੀ। ਪਾਣੀ ਸੈਂਕਸ਼ਨ ਕਰਾਇਆ ਦੂਜੀ ਨਹਿਰ, ਉਦੋਂ ਥੋੜ੍ਹਾ ਜਿਹਾ ਪਾਣੀ ਠੀਕ ਹੋ ਗਿਆ। 5-7 ਸਾਲ ਖੇਤੀ ਫਿਰ ਵੀ ਡਿਸਟਰਬ ਰਹੀ, ਵੀ ਉੱਚੀ ਨੀਵੀਆਂ ਪੈਲੀਆਂ ਨੂੰ ਬਰਾਬਰ ਕਰਨ ਜੀ 'ਚ ਬੜਾ ਸੀ ਕਿ ਕਿਹਨੂੰ ਲਾਉਣਾ। ਠੀਕ ਹੈ। ਕਿਉਂਕਿ ਉਦੋਂ ਜ਼ਮੀਨਾਂ ਦੀਆਂ ਕੀਮਤਾਂ 30-40 ਹਜ਼ਾਰ, 50 ਹਜ਼ਾਰ ਜਾਂ 1 ਲੱਖ ਰੁਪਏ ਤੱਕ ਕਿੱਲਾ ਹੁੰਦੀ ਸੀ, ਅਤੇ ਕਿਹਨੂੰ ਦੀ ਇਨਕਮ ਉਦੋਂ ਵੀ ਕਿਹਨੂੰ ਦੇ ਰੇਟ 10 ਰੁਪਏ ਕਿਲੋ ਹੁੰਦੇ ਸੀ, 8-10 ਰੁਪਏ ਕਿਲੋ ਕਿਹਨੂੰ ਦੀ ਇਨਕਮ ਉਦੋਂ 2-2 ਲੱਖ ਰੁਪਏ ਕਿੱਲਾ ਹੁੰਦੀ ਸੀ। ਠੀਕ ਹੈ ਜੀ। ਜਿਹੜਾ ਠੇਕਾ ਚੜ੍ਹਦਾ ਸੀ ਸਾਡੇ ਕੋਲ ਕਿਹਨੂੰ ਦਾ, ਉਦੋਂ 2-2 ਲੱਖ ਰੁਪਏ ਚੜ੍ਹਦਾ, ਅਤੇ ਤਮੰਨਾ ਹਰ ਫਾਰਮਰ ਦੀ ਹੁੰਦੀ ਕਿ ਗਰੋ ਕਰੇ, ਰਾਈਜ਼ ਕਰੇ। ਬਿਲਕੁਲ। ਅਤੇ ਸਾਡੇ 'ਚ ਵੀ ਸੀ, ਮੈਂ ਉਦੋਂ ਪਹਿਲੇ 20-22 ਏਕੜ ਬਾਗ ਲਗਾਇਆ, ਫਿਰ ਬਾਅਦ 'ਚ ਜਦੋਂ ਉਹ ਕਾਮਯਾਬ ਹੋ ਗਿਆ ਫਿਰ ਮੈਂ ਪਿੱਛੇ 18 ਏਕੜ ਹੋਰ, 40 ਏਕੜ ਜ਼ਮੀਨ ਹੈ ਮੇਰੇ ਕੋਲ, ਅਤੇ 40 ਦਾ 40 ਏਕੜ ਮੈਂ ਬਾਗ ਕੀਤਾ। ਮਤਲਬ ਕੁੱਲ ਮਿਲਾ ਕੇ 40 ਏਕੜ ਦੇ ਵਿੱਚ ਬਾਗ ਹੀ, ਬਾਗ ਦੀ ਫਾਰਮਿੰਗ ਹੀ ਕਰ ਰਹੇ ਹੋ? ਹਾਂ, ਮੈਂ 98 ਦੇ ਵਿੱਚ ਸਾਰਾ ਬਾਗ ਇਹ ਲਗਾਇਆ ਸੀਗਾ। ਠੀਕ ਹੈ। ਇਹ ਜਿਹੜਾ ਨਜ਼ਰ ਆ ਰਿਹਾ ਤੁਹਾਨੂੰ ਇੱਧਰ ਬਾਗ, ਇਹ ਸਾਰਾ 98 ਦੇ ਵਿੱਚ ਲਗਾਇਆ ਸੀ। ਇਹ ਜਿਹੜਾ ਬਾਗ ਹੈ ਇਹ ਤੁਸੀਂ 98 ਤੋਂ ਟੋਟਲੀ ਮਤਲਬ ਇਹ ਫਾਰਮਿੰਗ ਕਿਨੂਆਂ ਦੀ ਕਰ ਰਹੇ ਹੋ? ਹਾਂ, 98 ਤੋਂ ਮੈਂ ਤਕਰੀਬਨ, ਠੀਕ ਹੈ, ਸਮਝ ਲਓ ਵੀ 23-24 ਸਾਲ ਪਹਿਲੇ ਤੋਂ ਇਹ ਖੇਤੀ ਕਿਨੂ ਦੀ ਹੀ ਕਰ ਰਿਹਾ। ਠੀਕ ਹੈ।
और ए मैं थोनू दस दया मैं स्टार्टिंग की डिपार्टमेंट के कोलों पहली बारी मैं एक प्लॉट मेजरमेंट करवाई आ वाला प्लॉट जी हाँ ठीक है उन्होंने मैं कहता भी 20x24 फुट से लाना ठीक है जी साइड से इन्नी जगह छड़नी ठीक है मैं एक प्लॉट उन्होंने मेजर करवा लिया तो मैं प्लॉट ला लिया तो वो मेरे सारे खाले डिस्टर्ब हो गए मैं जिते मेरे नके आते खेत के या खाले आते सारे अगे पिछे हो गए ठीक है मेजरमेंट के अकॉर्डिंग फिर मैं उस तो बाद बिना डिपार्टमेंट की सलाह नाल सारे खेत नूं मेजरमेंट किया सारे नूं मार्किंग की कि इहनूं मैं 24 की बजाय 24.5 ते कर दिया या 23.5 ते कर दिया मेरे खाले भी उत्थे आउणगे ठीक है जी मेरे बूटे भी उन्ने ही लगणगे ते मैनूं कोई प्रॉब्लम नहीं आने वाली मैं उस तरीके करके सारा खेत हर प्लाट वाइज प्लाट उवें लांदा गया ठीक है जी मैं ठीक आ गया और आ मैं तुहानूं दिखाउणा कि आ मेरे खेत दे विच पहली जगह ऐसी है जिथे ये खाला भी कम करता है ते सड़क भी थोनू मेरे पिछे भी नजर आ रहे हैं उधर दिखाओ मैं भी जो गड्डी ते आ रहे सी ते मैनू भी समझ नहीं लग्या कि ये है की चीज मैनू थोड़ा जा समझाओ कि ये थोड़ा आपदा ही खाला सी पर सानू स्प्रे करदी वारी ट्रैक्टर हर वारी इधर मोड़ना पैंदा सी ठीक है ठीक है ते असीं सोचिया भी क्यों ना इस टाइप दा सिस्टम बनाया जावे भी जिहदे नाल इस नूं असीं पानी ला के आ दो वट्टां वाह दिंदे ठीक है साडा ट्रैक्टर आर पार क्रॉस करदा सारा लंबे सारे खेत नूं चाहे इधर लै जाइए चाहे इधर लै जाइए जिहड़ा आपां देख रहे हां वीडियो दे विच आ सारी ओह गेट तक देख रहे हां हां जी ਉਹ ਸਾਰਾ ਇਹ ਸਾਰਾ ਖਾਲਾ ਹੈ ਖਾਲਾ ਕੰਮ ਮਤਲਬ ਵਾਕਿੰਗ ਪਾਥ ਹੈ ਵਾਕਿੰਗ ਪਾਥ ਹੋ ਗਿਆ ਗਰਾਊਂਡ ਮਾਰਨ ਨੂੰ ਵੀ ਈਜ਼ੀ ਤੁਹਾਨੂੰ ਕੋਈ ਦਿੱਕਤ ਨਹੀਂ ਠੀਕ ਹੈ ਅੱਛਾ ਫਿਰ ਜਦੋਂ ਫਰੂਟ ਤੇ ਆਇਆ ਅਸੀਂ ਇੱਥੇ ਗੇਟ ਲਾਤਾ ਠੀਕ ਹੈ ਵੀ ਇੱਥੋਂ ਟਰੱਕ ਅੰਦਰ ਐਂਟਰ ਕਰਦਾ ਸੀ ਤੇ ਹਰ ਇੱਕ ਇੱਕ ਏਕੜ ਤੱਕ ਸਾਨੂੰ ਦਵਾਈ ਨਹੀਂ ਪੈਂਦੀ ਸੀ ਸਾਨੂੰ ਤੇ ਇੱਥੇ ਹਰ ਏਕੜ ਤੱਕ ਟਰੱਕ ਆ ਜਾਂਦਾ ਸੀ ਠੀਕ ਹੈ ਜਦੋਂ ਮੇਰਾ 22 ਏਕੜ ਬਾਗ ਸੀ ਮੈਚੋਰ ਹੋ ਗਿਆ ਸਾਰੀ ਚੀਜ਼ਾਂ ਫਿਰ ਮੈਂ ਸੈਮੀਨਾਰ ਅਟੈਂਡ ਕਰਨੇ ਸ਼ੁਰੂ ਕੀਤੇ ਜਾਂ ਕਿੱਦਾਂ ਵੀ ਚੱਲਿਆ ਅਤੇ ਉੱਥੇ ਸਾਨੂੰ ਪਤਾ ਲੱਗਿਆ ਡ੍ਰਿਪ ਇਰੀਗੇਸ਼ਨ 'ਤੇ ਬਾਗ ਜਾਣਾ ਚਾਹੀਦਾ ਤੁਹਾਨੂੰ ਬਾਗ ਲਾਉਣੇ ਚਾਹੀਦੇ ਨੇ ਜ਼ਿਆਦਾ ਕਾਮਯਾਬ ਨੇ ਜ਼ਿਆਦਾ ਵਧੀਆ ਗਰੋ ਕਰੂੰ ਮੈਂ ਸੋਚਿਆ ਬਾਕੀ ਜ਼ਮੀਨ ਮੇਰੇ ਕੋਲ ਜਿਹੜੀ 18 ਏਕੜ ਖਾਲੀ ਪਈ ਹੈ ਵੀ ਉੱਧਰ ਵੀ ਬਾਗ ਲਗਾਈਏ ਠੀਕ ਹੈ ਡ੍ਰਿਪ ਇਰੀਗੇਸ਼ਨ 'ਤੇ 18 ਏਕੜ ਬਾਗ ਲਗਾਤਾ ਪਰ ਸਾਨੂੰ ਨਹੀਂ ਪਤਾ ਸੀ ਕਿਸੇ ਡਿਪਾਰਟਮੈਂਟ ਨੇ ਸਾਨੂੰ ਨਹੀਂ ਕਲੀਅਰ ਕੀਤਾ ਵੀ ਇਹਦੇ ਵਿੱਚ ਸਿਰਫ ਡ੍ਰਿਪ 'ਤੇ ਬਾਗ ਨਹੀਂ ਚੱਲਦੇ ਪਾਣੀ ਫਲੱਡਤਾ ਥੋੜ੍ਹਾ ਬਹੁਤਾ ਲਾਉਣਾ ਹੀ ਪੈਂਦਾ ਜਾਂ ਹਰ ਖੇਤ ਦੀ ਅਲੱਗ ਅਲੱਗ ਵੇਰੀਏਸ਼ਨਸ ਨੇ ਵੀ ਤੁਸੀਂ ਆਪਣਾ ਸੋਚ ਕੇ ਲਗਾ ਇਹ ਜਿਹੜਾ ਤੁਸੀਂ ਜਿਹੜਾ ਬਾਗ ਲਾਇਆ ਇਹ ਸਾਰਾ ਡ੍ਰਿਪ ਇਰੀਗੇਸ਼ਨ ਤੇ ਹੈ ਇਹ ਸਾਰਾ ਡ੍ਰਿਪ ਵੀ ਹੈ ਫਲੱਡ ਵੀ ਹੈ ਸਾਰੀ ਚੀਜ਼ ਹੀ ਹੈ ਅੱਛਾ ਟੋਟਲ ਠੀਕ ਇਹ ਤੁਸੀਂ ਸਾਰਾ ਮਤਲਬ ਸੈਮੀਨਾਰਸ ਦੇ ਵਿੱਚੋਂ ਜਾ ਕੇ ਸਾਰੀ ਚੀਜ਼ਾਂ ਸਿੱਖੀਆਂ ਜਿੱਦਾਂ ਪੰਜਾਬ ਗਵਰਨਮੈਂਟ ਦੇ ਜੋ ਵੀ ਰਿਸਰਚਰਸ ਜਾਂ ਜੋ ਵੀ ਡਾਕਟਰਸ ਵਗੈਰਾ ਦੀ ਸਲਾਹ ਠੀਕ ਹੈ ਮਤਲਬ ਸਾਹਿਬ ਆ ਹੁਣ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਜਿਹੜੇ ਇਸ ਏਰੀਏ ਦੇ ਕਿੰਨੂ ਫਾਰਮਰ ਹੈ ਉਹ ਹੁਣ ਕਿੰਨੂ ਦੇ ਬਾਗਾਂ ਨੂੰ ਪੱਟ ਰਹੇ ਹੈ ਕਿਉਂਕਿ ਫਰੂਟਿੰਗ ਘੱਟ ਹੋ ਗਈ ਕਿਉਂਕਿ ਜਿਹੜਾ ਜ਼ਹਿਰੀਲਾ ਪਾਣੀ ਹੈ ਕਿ ਉਹ ਸੱਚਮੁੱਚ ਅਫੈਕਟ ਕਰ ਰਿਹਾ ਕਿਉਂਕਿ ਕਈ ਕਿਸਾਨਾਂ ਕੋਲੋਂ ਮੈਂ ਹੋ ਕੇ ਆਇਆ ਉਹ ਕਹਿੰਦੇ ਕਿ ਵੀ ਪਾਣੀ ਤਾਂ ਅਸੀਂ ਪਹਿਲਾਂ ਵੀ ਲਾਉਂਦੇ ਸੀ ਆਓ ਆਓ ਮੈਂ ਤੁਹਾਨੂੰ ਦਿਖਾਉਣਾ ਹਾਂਜੀ ਜੀ ਇੱਧਰ ਜ਼ਹਿਰੀਲੇ ਪਾਣੀ ਦੀ ਮਾਰ ਜਿਹੜੀ ਹੈ ਕਿਵੇਂ ਪੈ ਰਹੀ ਹੈ ਆ ਆ ਪੌਦੇ ਦੇਖੋ ਇਹ ਸਾਰੇ ਜਮ੍ਹਾਂ ਮਰੇ ਪਏ ਹੈ ਹਾਂ ਇਹ ਸਾਰੇ ਪਿਛਲੇ ਸਾਲ ਤੱਕ ਨਹੀਂ ਆ ਪੱਤੇ ਹਜੇ ਨਾਲ ਟੰਗੇ ਹੋਏ ਇਹ ਜੀ ਕਿੰਨੇ ਸਾਲਾਂ ਦੇ ਹੈ ਜੀ ਇਹ 22 ਸਾਲ ਦਾ ਬਾਗ ਹੈ 22 ਸਾਲ ਦਾ ਬਾਗ ਹੈ ਨਾ 24 ਸਾਲ ਦਾ 98 ਦਾ ਲੱਗਾ ਹੈ ਸੋ ਇਹ ਕੈਮਰਾਮੈਨ ਨੂੰ ਮੈਂ ਜਰਾ ਕਹੂੰਗਾ ਕਿ ਵੀ ਇਹ 22 ਸਾਲਾਂ ਦੇ ਬਾਗਾਂ ਦਾ ਜਿਹੜਾ ਹਾਲ ਹੈ ਉਹ ਜਰਾ ਦੇਖਣ ਕਿ ਵੀ ਕਿਸ ਤਰ੍ਹਾਂ ਦਾ ਹਾਲ ਇਸ ਕਿੰਨੂਆਂ ਦਾ ਜਿਹੜਾ ਕੈਲੀਫੋਰਨੀਆ ਕਿਹਾ ਜਾਂਦਾ ਸੀ ਹੋਰ ਇਲਾਕੇ ਨੂੰ ਅੱਜ ਉਸ ਬਾਗਾਂ ਦਾ ਜਿਹੜਾ ਹਾਲ ਹੈ ਉਹ ਕੀ ਹੋਇਆ ਖੜਾ ਹਾਂਜੀ ਬਦਮਾ ਸਾਹਿਬ ਹਾਂਜੀ ਮੈਂ ਇਹ ਕਹਾਂਗਾ ਜਿਹੜੇ ਕੈਮੀਕਲ ਵਾਟਰਸ ਇਹਨਾਂ ਨੇ ਰਿਵਰ ਵਾਟਰ 'ਚ ਸਾਨੂੰ ਦਿੱਤਾ ਉਹਦਾ ਅਸੀਂ ਖਾਮਿਆਜ਼ਾ ਭੁਗਤ ਰਹੇ ਹਾਂ ਇੰਡਸਟਰੀਲਿਸਟ ਤਾਂ ਇੰਜੋਏ ਕਰ ਰਹੇ ਨੇ ਜਿਹੜੇ ਆਪਦੇ ਨੋਰਮਸ ਪੂਰੇ ਨਹੀਂ ਕਰ ਰਹੇ ਔਰ ਸਾਨੂੰ ਤਬਾਹੀ 'ਤੇ ਲਿਆ ਤਾ ਉਹਨਾਂ ਨੇ ਜਿਹੜਾ ਕਿ ਬੁੱਢੇ ਨਾਲੇ ਦਾ ਪਾਣੀ ਲੁਧਿਆਣੇ ਦਾ ਜਾਂ ਜਲੰਧਰ ਦਾ ਇੰਡਸਟਰੀ ਦਾ ਪਾਣੀ ਚਮੜਾ ਵਗੈਰਾ ਰੰਗ ਕਰਦੇ ਜਾਂ ਸ਼ਾਇਦ ਉੱਥੋਂ ਦਾ ਪਾਣੀ ਉਹ ਜਿਹੜਾ ਆਉਂਦਾ ਉਹ ਸਾਨੂੰ ਸਭ ਤੋਂ ਜ਼ਿਆਦਾ ਕਿਹਨੂੰ ਇੱਕ ਮੈਂ ਤੁਹਾਨੂੰ ਦੱਸਾਂ ਨਾਗਪਾਲ ਸਾਹਿਬ ਵੀ ਸ਼ੁੱਧ ਜਿਵੇਂ ਕਹਿੰਦੇ ਵੈਸ਼ਨਵ ਪੰਡਿਤ ਹੈ ਠੀਕ ਹੈ ਜੀ ਵੀ ਪੰਡਿਤ ਦੇ ਘਰੇ ਜੇ ਲਸਣ ਪਿਆਜ਼ ਵੀ ਵੜ ਜੇ ਆਪਾਂ ਹਿੰਦੂ ਧਰਮ 'ਚ ਕਹਿੰਦੇ ਹਾਂ ਵੀ ਉਹਦੇ ਵਾਸਤੇ ਮਾੜਾ ਹੁੰਦਾ ਜੀ ਅਤੇ ਕਿਹਨੂੰ ਇੱਕ ਇਹੋ ਜਿਹੀ ਚੀਜ਼ ਹੈ ਇਹਨੂੰ ਨਾ ਅਸੀਂ ਟਿਊਬਲ ਦਾ ਪਾਣੀ ਲਾ ਸਕਦੇ ਨਾ ਇਹਨੂੰ ਕਿਸੇ ਕੈਮੀਕਲ ਮਿਕਸ ਵਾਲਾ ਪਾਣੀ ਲਾ ਸਕਦੇ ਠੀਕ ਹੈ ਟਿਊਬਲਾਂ ਦੇ ਪਾਣੀ ਸਾਡੇ ਕੁਦਰਤੀ ਇੱਥੇ ਅੱਛੇ ਹੈ ਨਹੀਂ ਗੇ ਅਸੀਂ ਇੱਕ ਵੀ ਪਾਣੀ ਲਾ ਦਈਏ ਇਹਦੇ ਪੱਤਿਆਂ 'ਚ ਸਿਮਟਮਸ ਆਉਣੇ ਸ਼ੁਰੂ ਹੋ ਜਾਂਦੇ ਹੈ ਠੀਕ ਹੈ ਕੋਈ ਵੀ ਟਿਊਬਲ ਵਾਲਾ ਫਾਰਮਰ 100% ਪਿਓਰਟੀ ਵਾਲਾ ਪਾਣੀ ਟਿਊਬਲਾਂ ਦਾ ਇਸ ਏਰੀਏ 'ਚ ਹੈ ਨਹੀਂ ਠੀਕ ਹੈ ਠੀਕ ਹੈ ਰਹੀ ਗੱਲ ਅਸੀਂ ਨਹਿਰਾਂ 'ਤੇ ਡਿਪੈਂਡ ਜਾਂ ਮੌਸਮ 'ਤੇ ਡਿਪੈਂਡੈਂਟ ਔਰ ਮੌਸਮ ਇਸ ਵਾਰੀ ਗਰਮ ਇੰਨਾ ਕੁ ਹੋਇਆ ਵੀ ਇੰਤਹਾ ਹੋ ਗਈ
ਬਿਲਕੁਲ ਜੀ, ਉੱਤੋਂ ਸਾਨੂੰ 2 ਸਾਲਾਂ ਤੋਂ ਨਹਿਰ ਪਿੱਛੇ ਵੱਡੀ ਨਹਿਰਾਂ ਪੱਕੀਆਂ ਬਣਦੀ ਰਹੀ, ਛੋਟੀ ਨਹਿਰਾਂ ਸਾਡੇ ਵਾਟਰ ਟੈਂਕ ਵੀ ਖਾਲੀ ਸੀ। ਉੱਤੋਂ ਸਾਡੀ ਇਹ 364 ਕਰੋੜ ਰੁਪਏ ਦੀ ਲਾਗਤ ਨਾਲ ਸਰਹੰਦ ਫੀਡਰ ਨਹਿਰ ਬਣੀ ਇਸ ਵਾਰੀ, ਅਤੇ ਪਿਛਲੇ ਸਾਲ ਵੀ ਕੁਛ ਪੋਰਸ਼ਨ ਬਣਿਆ, ਕੁਛ ਪੋਰਸ਼ਨ ਇਸ ਵਾਰੀ ਬਣਿਆ। ਸਰਦੀਆਂ ਸਾਡੇ ਕੋਲ ਪਾਣੀ ਆਉਂਦਾ ਸੀ, ਅਸੀਂ ਵਾਟਰ ਟੈਂਕ ਫੁੱਲ ਕਰ ਲੈਂਦੇ ਸੀ, ਉਹਨਾਂ ਦਾ ਗਰਮੀਆਂ 'ਚ ਯੂਜ਼ ਕਰਦੇ ਸੀ। 2 ਸਾਲ ਤੋਂ ਤਾਂ ਸਾਡਾ ਮਤਲਬ ਨਾ ਤਾਂ ਵਾਟਰ ਟੈਂਕ ਫੁੱਲ ਹੋਏ, ਠੀਕ ਹੈ, ਅਤੇ ਇਸ ਵਾਰੀ ਇੰਨੇ ਘਟੀਆ ਮਟੀਰੀਅਲ ਨਾਲ ਉਹ ਨਹਿਰਾਂ ਬਣੀਆਂ। 2 ਵਾਰੀ ਸੇਮ ਜਗ੍ਹਾ ਤੋਂ ਟੱਕ ਹੋ ਗਏ, ਨਹਿਰਾਂ ਕਿੱਲੇ ਕਿੱਲੇ ਦੀ ਲੰਬਾਈ 'ਤੇ ਟੁੱਟ ਗਈਆਂ, ਔਰ 1-1 ਮਹੀਨਾ ਤਕਰੀਬਨ 21-22 ਦਿਨ ਵਾਸਤੇ 2 ਬ੍ਰੀਚ ਹੋਏ, ਔਰ ਅਸੀਂ ਨਹਿਰਾਂ ਦੀ ਬਾਬਤ ਸੜਕਾਂ 'ਤੇ ਵੀ ਧਰਨੇ ਲਾਏ, ਹਾਈਵੇ ਵੀ ਜਾਮ ਰੱਖੇ, ਵੀ ਸਿਰਫ ਇਸ ਕਰਕੇ ਸਾਨੂੰ ਅਸੀਂ ਮਰ ਗਏ ਤਾਂ 24 ਸਾਲ ਦੀ 25 ਸਾਲ ਦੀ ਸਾਡੀ ਜਿਹੜੀ ਮਿਹਨਤ ਹੈ, ਸਪਨਾ ਸਾਡਾ 40 ਸਾਲ ਦਾ, ਇਹ ਖਤਮ ਹੋ ਗਿਆ। ਅੱਜ ਹੁਣ ਇਹ ਮੇਰੇ ਬਾਗ ਖਤਮ ਹੋ ਗਏ। ਇੱਕ ਨਾਗਪਾਲ ਸਾਹਿਬ, ਆਪਦਾ ਬਾਗ ਆਪਦੇ ਹੱਥੀਂ ਪਟਣਾ ਨਾ, ਬਿਲਕੁਲ ਆਪਦੇ ਜਵਾਨ ਬੱਚੇ ਨੂੰ ਗਲਾ ਘੁੱਟ ਕੇ ਮਾਰਨ ਵਾਲੀ ਗੱਲ ਹੁੰਦੀ ਹੈ, ਵੀ ਜਿਵੇਂ ਕਹਿੰਦੇ ਨੇ ਕੈਂਸਰ ਆ ਗਿਆ, ਇਹਦਾ ਕੋਈ ਹੱਲ ਨਹੀਂ, ਆਪਦੇ ਅੱਖਾਂ ਦੇਖਦੇ ਵੇਖ ਹੀ ਜਾਂਦੇ ਹਾਂ ਕਿ ਮਰ ਰਿਹਾ ਮਰ ਰਿਹਾ ਮਰ ਰਿਹਾ, ਔਰ ਮਰ ਗਿਆ ਤਾਂ ਤੁਹਾਡੇ ਸਾਹਮਣੇ। ਇਹਨਾਂ ਬਾਗਾਂ ਦੇ ਵਿੱਚ ਕਿਸੇ 1 ਦਾਣਾ ਵੀ ਫਰੂਟ ਹੈ ਨਹੀਂ। ਅਸੀਂ DC ਸਾਹਿਬ ਨੂੰ ਵੀ ਬੁਲਾਇਆ ਸੀ, ਬੜੀ ਰਿਕੁਐਸਟ ਕੀਤੀ ਸੀ ਕਿ ਸਾਡੀ ਗਿਰਦਾਵਰੀ ਸਪੈਸ਼ਲ ਕੀਤੀ ਜਾਵੇ, ਸਾਨੂੰ ਕੁਛ ਨਾ ਕੁਛ ਜ਼ਰੂਰ ਕੰਪਲਸੇਟ ਕੀਤਾ ਜਾਵੇ, ਵੀ ਤਾਂ ਕਿ ਅਸੀਂ ਸਰਵਾਈਵਲ 'ਤੇ ਕੁਛ ਤਾਂ ਆਪਦੇ ਬੱਚੇ ਪਾਲ ਲਈਏ ਜਾਂ ਆਪ ਰੋਟੀ ਖਾ ਸਕੀਏ। ਉਹਨਾਂ ਨੇ ਆਸ਼ਵਾਸਨ ਦਿੱਤਾ ਸੀ, ਪਰ ਹਜੇ ਤੱਕ ਕੋਈ ਉਸ ਚੀਜ਼ 'ਤੇ ਤਾਂ ਸ਼ਾਇਦ ਕਾਰਵਾਈ ਨਹੀਂ ਹੋਈ। ਦੇਖੋ ਕਦੋਂ ਤੱਕ ਹੁੰਦੀ ਹੈ, ਕਦੋਂ ਤੱਕ ਨਹੀਂ। ਤੁਸੀਂ ਐਕਟੀਵਿਸਟ ਵੀ ਰਹੇ ਹੋ, ਕਿਸਾਨ ਅੰਦੋਲਨ ਦੇ ਵਿੱਚ ਵੀ ਤੁਹਾਡਾ ਬਹੁਤ ਵੱਡਾ ਰੋਲ ਰਿਹਾ, ਆਹ ਹੁਣ ਧਰਨਿਆਂ ਦੇ ਵਿੱਚ ਵੀ ਤੁਹਾਡਾ ਬਹੁਤ ਵੱਡਾ ਰੋਲ ਰਿਹਾ। ਤੁਸੀਂ ਕਿ CM ਸਾਹਿਬ ਨੂੰ ਕੋਈ ਚਿੱਠੀ ਨਹੀਂ ਲਿਖੀ, ਉਹਨਾਂ ਨੂੰ ਕਿਸੇ ਡਿਪਾਰਟਮੈਂਟਸ ਨੂੰ ਕੋਈ ਚਿੱਠੀ ਨਹੀਂ ਲਿਖੀ, ਜਾਂ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ, ਕਿਸੇ ਤਰ੍ਹਾਂ ਦੀ ਕੋਈ ਚਿੱਠੀ ਨਹੀਂ ਲਿਖੀ, ਜਾਂ ਉਹਨਾਂ ਤੱਕ ਗੱਲ ਪਹੁੰਚਾਉਣ ਦੀ ਕੋਈ ਕੋਸ਼ਿਸ਼ ਕੀਤੀ ਹੋਈ? ਤੁਸੀਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, CM ਨੂੰ ਮਿਲਣਾ ਸ਼ਾਇਦ ਸਾਡੇ ਵੱਸ ਦਾ ਰੋਗ ਨਹੀਂ, ਨਾ ਹੀ ਅਸੀਂ ਰੋਜ਼ ਜਾ ਸਕਦੇ ਉੱਥੇ, ਨਾ ਹੀ ਕਮਿਊਨੀਕੇਸ਼ਨ ਸਾਡੇ 'ਚ ਇੰਨੀ ਕੋਈ ਮਤਲਬ ਕਿ ਕੋਈ ਸੋਰਸ ਮਿਲਿਆ ਸਾਨੂੰ ਕੋਈ, ਬਟ ਇਰੀਗੇਸ਼ਨ ਮਿਨਿਸਟਰ ਨੂੰ ਸਾਡੇ ਕਾਫੀ ਕਿਸਾਨ ਮਿਲੇ ਨੇ ਜਾ ਕੇ, ਠੀਕ ਹੈ, ਔਰ ਉਹਨਾਂ ਨਾਲ ਰੋਜ਼ ਫੋਨ 'ਤੇ ਗੱਲ ਵੀ ਹੁੰਦੀ ਹੈ, ਆਸ਼ਵਾਸਨ ਵੀ ਦਿੱਤਾ ਉਹਨਾਂ ਨੇ ਜਦੋਂ ਨਹਿਰ ਟੁੱਟੀ। ਉਹਨਾਂ ਨੇ ਕਿਹਾ 1 ਹਫ਼ਤੇ 'ਚ ਅਸੀਂ ਬੰਨ ਦੇਵਾਂਗੇ, ਬਟ ਉਸ ਤੋਂ ਬਾਅਦ ਵੀ 15-20 ਦਿਨ ਲੱਗੇ ਸਾਨੂੰ ਧਰਨਾ ਦੇਣਾ ਪਿਆ, ਹਾਈਵੇ ਬੰਦ ਕਰਨਾ ਪਿਆ। ਉੱਥੇ ਕੀ ਸੀ, 10 ਬੰਦੇ ਲਾ ਦਿੰਦੇ ਸੀ, ਐਡੀ ਵੱਡੀ ਨਹਿਰ ਟੁੱਟੀ ਹੈ, 2 ਉਹ ਲਗਾ ਦਿੰਦੇ ਸੀਗੇ ਕਿ JCBs ਜਾਂ 10-20 ਟੈਂਕਰ ਟਰੱਕਰ ਮਤਲਬ ਉਹ ਟਰੱਕ ਆਉਂਦੇ ਸੀ, ਜਿਹੜਾ ਕਿ ਇੱਕ ਸ਼ਾਇਦ ਅਸੀਂ ਕਿਸੇ ਧਰਮ ਗੁਰੂ ਨੂੰ ਕਿਹਾ ਹੁੰਦਾ ਨਾ, ਉਹ 2 ਦਿਨਾਂ 'ਚ ਬੰਨ ਦਿੰਦੇ, ਠੀਕ ਹੈ, ਹਾਂ, ਮਤਲਬ ਉਹਨਾਂ ਨੇ 2 ਦਿਨਾਂ 'ਚ ਬੰਨ ਦੇਣੀ ਸੀ, ਜਿਹੜੀ ਕਿ ਸਾਡੀ ਸਰਕਾਰ ਕੋਲੋਂ 25-25 ਦਿਨ ਨਹੀਂ ਬੰਨੇਗੀ, ਠੀਕ ਹੈ। ਹਰ ਕੋਈ ਇੱਕੋ ਹੀ ਗੱਲ ਕਹਿੰਦੇ, ਨਹੀਂ ਜੀ ਮਜਬੂਰੀ ਹੈ, ਮਜਬੂਰੀ ਮਜਬੂਰੀ ਕਹਿੰਦੀ ਮਜਬੂਰੀ ਹੈ। ਨਿਤਿਨ ਗਡਕਰੀ ਕਹਿ ਰਿਹਾ ਜਦੋਂ ਅਸੀਂ 16 ਕਿਲੋਮੀਟਰ ਸੜਕ 21 ਘੰਟਿਆਂ 'ਚ ਬਣਾ ਤੀ ਜਾਂ 21 ਦਿਨਾਂ 'ਚ ਬਣਾ ਤੀ, ਮੈਂ ਪ੍ਰੋਪਰਲੀ ਯਾਦ ਨਹੀਂ ਆ ਰਿਹਾ ਮੈਨੂੰ। ਹਾਂਜੀ ਹਾਂਜੀ ਹਾਂਜੀ, ਜੋ ਇੰਨੇ ਵੱਡੇ ਲੰਬੇ ਚੌੜੇ ਸਕੇਲ 'ਤੇ ਕੰਮ ਕਰ ਸਕਦੇ, 1-1 ਦਿਨ 'ਚ 2-2 ਦਿਨਾਂ 'ਚ ਹੀ ਆ, ਅਤੇ ਇੱਥੇ ਸਾਡੀ ਨਹਿਰ ਨੂੰ ਜਦੋਂ ਕਿ ਇੱਥੇ ਕਰੋੜਾਂ ਰੁਪਇਆ ਜਿਹੜਾ ਕਿ ਫੋਰਨ ਕਰੰਸੀ ਵੀ ਆਉਂਦੀ ਹੈ ਕਿਨੂੰ ਤੋਂ, ਅਤੇ ਮਤਲਬ ਤੁਹਾਨੂੰ ਕਹਿ ਲਓ ਇੰਡੀਅਨ ਕਰੰਸੀ ਵੀ ਆਉਂਦੀ, ਸਾਡੇ ਅਬੋਹਰ ਦਾ ਏਰੀਆ ਹੀ ਬਾਲ ਇਸੇ ਕਰਕੇ, ਜਿਹੜਾ ਕਰੋੜਾਂ ਰੁਪਇਆ ਆਉਂਦਾ ਅਬੋਹਰ ਦੀ ਮਾਰਕੀਟ ਹੈ ਜੀ, ਆ ਪੰਜਾਬ ਦੀ ਮਾਰਕੀਟ 'ਚ ਹੀ ਲੱਗਦਾ, ਬਿਲਕੁਲ, ਅਤੇ ਉਹ ਸਾਰਾ ਤਬਾਹ ਹੋ ਗਿਆ। ਮਤਲਬ ਸਾਹਿਬ, ਇਹ ਜਿਹੜਾ ਇੰਡਸਟਰੀਅਲ ਪਾਣੀ, ਇਹ ਕੋਈ ਅੱਜ ਦੀ ਸਮੱਸਿਆ ਨਹੀਂ ਹੈ, ਬੜੇ ਇਹ ਬਾਗਾਂ ਨੂੰ ਤਾਂ ਉਸ ਤੋਂ ਪਹਿਲਾਂ ਵੀ ਜਾ ਰਿਹਾ, ਫਿਰ ਉਦੋਂ ਕਿਵੇਂ ਸਰਵਾਈਵ ਕਰ ਗਏ? ਇਹ ਐਕਚੁਅਲ 'ਚ ਉੱਥੇ ਵਾਟਰ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਆ, 100-100 ਏਕੜ ਜ਼ਮੀਨਾਂ ਪਈਆਂ ਉੱਥੇ ਜਿਹੜੇ ਜਿੱਥੇ ਪਲਾਂਟ ਲੱਗੇ ਆ। ਇਹ ਤਾਂ ਚਲੋ ਇਸ ਸਾਲ ਹੋਇਆ, ਇਸ ਤੋਂ ਪਹਿਲਾਂ ਵੀ ਤਾਂ ਲੱਗਦੇ ਆਏ ਆ। ਇਸ ਤਰ੍ਹਾਂ ਹੁੰਦਾ ਨਾ ਜੀ, ਇੱਕ ਨੈਚੁਰਲ ਕਲਾਈਮੇਟਿਜ ਆ ਜਾਣੀ ਆ ਜਾਂ ਕੁਛ ਵੀ, ਆਪਾਂ ਕਈ ਵਾਰੀ ਇੱਕ ਜੇ ਦੇਸੀ ਭਾਸ਼ਾ 'ਚ ਗੱਲ ਕਰੀਏ, ਇੱਕ ਬਜ਼ੁਰਗ ਬੰਦੇ ਨੂੰ ਜ਼ਿਆਦਾ ਠੰਡ ਜਾਂ ਜ਼ਿਆਦਾ ਗਰਮੀ ਮਿੰਟ 'ਚ ਮਾਰ ਦਿੰਦੀ ਹੈ। ਹਾਂਜੀ ਹਾਂਜੀ, ਮੌਸਮ ਗੜਬੜ, ਉਸ ਤਰ੍ਹਾਂ ਹੀ ਇੰਨਾ ਕੁ ਟੈਂਪਰੇਚਰ ਹਾਈ ਰਿਹਾ, ਜਿਸ ਵਜ੍ਹਾ ਨਾਲ ਪਹਿਲੇ ਤਾਂ ਫਰੂਟ ਡਰੋਪਿੰਗ ਹੋ ਗਈ ਸਾਡੀ ਬਹੁਤ ਜ਼ਿਆਦਾ, ਠੀਕ ਹੈ, ਜਿਹੜਾ ਫਰੂਟ ਲੱਗਿਆ ਸੀ ਉਮੀਦ ਸੀ ਇਹ ਇਸ ਵਾਰੀ ਚਲੋ ਕੋਈ ਨਹੀਂ ਫਰੂਟ ਠੀਕ ਹੈ ਸਾਰਾ ਕੁਛ ਚੱਲ ਜਾਏਗਾ, ਬਟ ਉਸ ਦੇ ਇਲਾਵਾ ਉੱਤੋਂ ਨਹਿਰੀ ਪਾਣੀ ਦੇ 2 ਵਾਰੀ ਬ੍ਰੀਚ ਹੋਣ, ਨਵੀਂ ਨਹਿਰ RCC ਦੀ ਬਣ ਕੇ, ਉਸ ਨਾਲੋਂ ਈਵਨ ਕਿ 2 ਨਹਿਰਾਂ ਬਣ ਰਹੀਆਂ ਬਰਾਬਰ, ਰਾਜਸਥਾਨ ਕਨਾਲ ਬਣ ਰਹੀ ਹੈ, ਪੰਜਾਬ ਕਨਾਲ ਬਣ ਰਹੀ ਹੈ, ਸਰਹੰਦ ਫੀਡਰ ਦੀਆਂ ਇਹਨਾਂ ਨੇ ਇੱਟਾਂ ਵੀ ਪੱਟ ਕੇ ਅਤੇ ਦਲਦਲ 'ਚ ਬਣਾਈ, ਗੰਗ ਕਨਾਲ ਬਣ ਰਹੀ ਹੈ, ਜੋ ਵੀ ਰਾਜਸਥਾਨ ਵਾਲੇ ਬਣਾ ਰਹੇ ਨੇ ਉਹ ਉਸੇ ਪੱਕੀ ਨੂੰ ਵਿੱਚੇ ਹੀ ਛੱਡਤਾ ਉਹਨਾਂ ਨੇ, ਉਹਦੇ ਉੱਤੇ ਪੋਲੀਥੀਨ ਲੁੱਕ ਵਗੈਰਾ ਪਾ ਕੇ ਉਹਨੂੰ ਪ੍ਰੋਪਰ ਮਟੀਰੀਅਲ ਪਾ ਕੇ ਬਣਾ ਰਹੇ ਨੇ। ਉਹਨਾਂ ਦੀ ਨਹਿਰ ਅਤੇ ਸਾਡੀ ਨਹਿਰ 'ਚ 100 ਗੁਣਾ ਫਰਕ ਹੈ। ਅਸੀਂ ਬੜੀ ਦੁਹਾਈ ਪਾਈ ਵੀ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ, ਸਾਡੇ ਬੱਚਿਆਂ ਦਾ ਫਿਊਚਰ ਹੀ ਤਬਾਹ ਕਰਤਾ ਇਹਨਾਂ ਨੇ, ਇਹਨਾਂ ਲੋਕਾਂ ਨੇ, ਆ ਪਿਛਲੇ ਮੰਤਰੀਆਂ ਨੇ, ਸੰਤਰੀਆਂ ਨੇ, ਕੁਛ ਨੇ, ਉਸ ਚੀਜ਼ ਦੀ ਸ਼ਾਇਦ ਕਹਿੰਦੇ ਆ CBI ਦੀ ਕਹਿ ਡਿਪਾਰਟਮੈਂਟਲ ਇਨਕੁਆਇਰੀ ਲੱਗੀ ਹੋਈ ਹੈ। ਇੱਧਰ ਦੇਖੋ ਜੀ, ਆਹ ਤੁਸੀਂ ਹਾਲ ਦੇਖੋ, ਇਹ ਕੀ ਬਾਗਾਂ ਦੇ ਹਾਲ ਆ, ਸਾਡਾ ਹੁਣ ਕਿਸ ਤਰ੍ਹਾਂ
ਗੁਜ਼ਾਰਾ ਵੀ ਅਸੀਂ ਬਾਗਬਾਨੀ 'ਤੇ ਡਿਪੈਂਡੈਂਟ ਰਹਿ ਜਾਈਏ। ਤੁਸੀਂ ਟੋਟਲੀ ਬਾਗਬਾਨੀ 'ਤੇ ਡਿਪੈਂਡੈਂਟ? ਟੋਟਲ ਬਾਗਬਾਨੀ 'ਤੇ। ਮੇਰੇ 2 ਸਾਲ ਪਹਿਲੇ ਇੱਥੋਂ 60 ਗੱਡੀ ਮਾਲ ਸੀ, ਠੀਕ ਹੈ, ਅਤੇ ਅੱਜ 6 ਗੱਡੀ ਮਾਲ ਨਹੀਂ ਹੈ, ਠੀਕ ਹੈ ਜੀ। ਬਦਵਾ ਸਾਹਿਬ, ਮੈਂ ਤੁਹਾਨੂੰ ਇੱਕ ਵਾਰੀ ਵਿੱਚ ਵਿਚਾਲੇ ਰੋਕਦਾ। ਮੈਂ ਜਦੋਂ ਆ ਰਿਹਾ ਸੀ ਤੁਹਾਡੇ ਬਾਗ ਵੱਲ, ਅਤੇ ਮੈਂ ਰਸਤੇ ਦੇ ਕੁਛ ਕਿਸਾਨਾਂ ਨੂੰ ਵੀ ਮਿਲਿਆ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਵੀ ਸਾਨੂੰ ਜਿਹੜਾ ਪਾਣੀ ਤੱਕ ਰਾਜਸਥਾਨ 'ਚੋਂ ਮੁੱਲ ਲੈ ਕੇ ਬਾਗਾਂ ਨੂੰ ਲਾਉਣਾ ਪੈਂਦਾ, ਕੀ ਸੱਚ ਹੈ? ਉਹ ਪੀਣ ਵਾਸਤੇ ਟੈਂਕਰ ਮਤਲਬ ਰਾਜਸਥਾਨ ਕਨਾਲ 'ਚੋਂ ਲਿਆ ਕੇ 500 ਜਾਂ 700 ਰੁਪਏ ਦਾ, ਜਿਹੜੇ ਕੋਈ ਪ੍ਰਾਈਵੇਟ ਬੰਦੇ ਟੈਂਕਰਾਂ ਦਾ ਕੰਮ ਕਰਦੇ, ਹਾਂਜੀ ਹਾਂਜੀ, ਉਹ ਉਹਨਾਂ ਤੋਂ ਲਿਆ ਕੇ ਜਾਂ ਤਾਂ ਪੌਦਿਆਂ ਦੀਆਂ ਜੜ੍ਹਾਂ 'ਚ ਪਾਉਂਦੇ, ਹਾਂਜੀ ਹਾਂਜੀ, ਜਾਂ ਪੀਣ ਵਾਸਤੇ ਕਰੇ। ਉਹ ਕਹਿ ਰਹੇ ਕਿ ਇੰਨਾ ਕੁ ਮਾੜਾ ਹਾਲ ਆ ਚੁੱਕਿਆ ਕਿ ਪਾਣੀ ਇੰਨਾ ਗੰਦਾ ਹੈ ਕਿ ਵੀ ਅਸੀਂ ਜਿਹੜੇ ਆਪਦੇ ਬੂਟਿਆਂ ਨੂੰ, ਬੱਚਿਆਂ ਨੂੰ ਪਾਣੀ ਲਾਉਣਾ, ਉਹ ਬਾਹਰੋਂ ਮੁੱਲ ਲੈ ਕੇ ਰਾਜਸਥਾਨ 'ਚੋਂ ਅਸੀਂ ਲੈ ਕੇ ਲਾ ਰਹੇ। ਮੇਰਾ ਵਾਟਰ ਟੈਂਕ ਬਣੇ ਨੂੰ 15 ਸਾਲ ਹੋ ਗਏ, ਠੀਕ ਹੈ। 15 ਸਾਲ ਦੇ ਵਿੱਚ ਸਾਡੇ ਕਦੇ ਅਜੇ ਹਾਲਾਤ ਨਹੀਂ ਹੋਏ ਸੀ ਜਿਹੜੇ ਕਿ ਮੈਂ ਅੱਗੇ ਵੀ ਤੁਹਾਨੂੰ ਦਿਖਾ ਕੇ ਲਿਆ। ਇਸ ਵਾਰੀ ਪਹਿਲੀ ਵਾਰੀ ਮੱਛਲੀਆਂ ਤੱਕ ਮਰਨੀਆਂ ਸ਼ੁਰੂ ਹੋ ਗਈਆਂ ਸੀ। ਮੇਰਾ 15 ਸਾਲ ਤੋਂ ਇੱਕ ਬੰਦ ਪਿਆ ਟਿਊਬਲ, ਟਿਊਬਲ ਦਾ ਪਾਣੀ ਅਸੀਂ ਨਹੀਂ ਲਾਉਂਦੇ ਸੀ, ਖਰਾਬ ਪਾਣੀ ਹੁੰਦਾ, ਇਸ ਕਰਕੇ ਲਾਉਂਦੇ ਨੇ, ਟਿਊਬਲ ਬੰਦ ਕੀਤਾ ਸੀ। ਉਹਨੂੰ ਸੇਮ ਇੱਕ ਦੇ ਦਿਨ ਦੇ ਵਿੱਚ ਖੋਲ੍ਹ ਕੇ ਖਰਾਬ ਪਾਣੀ ਵਾਲੇ ਟਿਊਬਲ ਨੂੰ ਅਸੀਂ ਚਲਾ ਕੇ ਉਹ ਮੱਛੀਆਂ ਬਚਾਈਆਂ ਵੀ ਚਾ ਕਿ ਇਹ ਤਰ੍ਹਾਂ ਮਰਨੇ ਤਾਂ ਬਦਦੁਆਵਾਂ ਨਾ ਦੇਣ। ਗੱਲਾਂ ਕਰਦੇ ਕਰਦੇ ਮੇਰੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਵੀ ਆਏ। ਅਕਸਰ ਅਸੀਂ ਪ੍ਰੋਬਲਮਸ ਦੀ ਗੱਲ ਤਾਂ ਕਰ ਦਿੰਦੇ ਹਾਂ, ਸਰਕਾਰ 'ਤੇ ਤੰਜ ਕਸਤਾ ਕਿ ਸਰਕਾਰ ਇਹ ਨਹੀਂ ਕਰਦੀਆਂ, ਸਰਕਾਰਾਂ ਨਕੰਮੀਆਂ, ਇਹ ਅਕਸਰ ਗੱਲਾਂ ਬਹੁਤ ਅਰਸੇ ਤੋਂ ਸੁਣਦੇ ਆਏ ਹਾਂ, ਪਰ ਅਸੀਂ ਸੋਲਿਊਸ਼ਨ ਦੀ ਗੱਲ ਨਹੀਂ ਕਰਦੇ ਕਿ ਸੋਲਿਊਸ਼ਨ ਕੀ ਹੈ। ਇਹ ਬਾਗ ਖਰਾਬ ਹੋ ਰਹੇ ਹੈ, ਇਹ ਤੁਸੀਂ ਦੇਖ ਰਹੇ ਹੋ, ਪੱਟਿਆ ਸਾਰਾ ਬਾਗ, ਹੁਣ ਸਾਰਾ ਬਾਗ ਤੁਸੀਂ ਪੱਟਿਆ, ਪਤਾ ਨਹੀਂ ਕਿੰਨੇ ਕਿੱਲਿਆਂ ਦੇ ਵਿੱਚ ਤੁਸੀਂ ਬਾਗ ਪੱਟਤਾ, ਇਸ ਪਾਸੇ ਵੀ ਬਾਗ ਪੱਟਤਾ, ਮੰਨਦੇ ਹਾਂ ਨੁਕਸਾਨ ਹੋਇਆ, ਬਹੁਤ ਮਾੜੀ ਗੱਲ ਹੈ ਇੱਕ, ਪਰ ਸੋਲਿਊਸ਼ਨ ਦੀ ਜਿਹੜੀ ਗੱਲ ਹੈ, ਸੋਲਿਊਸ਼ਨ ਕਿੱਥੇ ਹੈ? ਇਹ ਮੈਂ ਜਦੋਂ ਵੀ ਕੋਈ ਸੈਮੀਨਾਰ ਹੁੰਦਾ ਸੀ ਉਹਦੇ 'ਚ ਵਰਬਲੀ ਸਾਰਿਆਂ ਨੂੰ ਇਹ ਕਹਿੰਦੇ ਰਹੇ ਸੀ ਅਸੀਂ ਕਿ ਜਿਸ ਤਰ੍ਹਾਂ ਇੱਕ ਐਕਸੀਡੈਂਟਲ ਕੇਸ ਕੋਈ ਹੋਸਪਿਟਲ 'ਚ ਪਹੁੰਚਦਾ ਜਾਂ ਸੀਰੀਅਸ ਕੇਸ ਕਿਸੇ ਵੀ ਡਿਜ਼ੀਜ਼ ਦੇ ਨਾਲ ਆਉਂਦਾ ਬੰਦੇ 'ਤੇ, ਹਾਂਜੀ, ਇੱਕ ICU ਯੂਨਿਟ ਬਣਿਆ ਹੁੰਦਾ, ਹਾਂਜੀ, ਉਹਦੇ ਵਿੱਚ ਕੀ ਹੁੰਦਾ ਸਾਰੇ ਡਾਕਟਰਸ ਦੀ ਟੀਮ ਆ ਜਾਂਦੀ ਹੈ, ਜੋ ਵੀ ਉਹਨੂੰ ਸਪੈਸ਼ਲਿਸਟ ਚਾਹੀਦਾ ਹੁੰਦਾ ਉਹਨੂੰ ਉਹ ਮਿਲ ਕੇ ਉਹਦਾ ਟ੍ਰੀਟ ਕਰਦੇ, ਠੀਕ ਹੈ। ਮੈਂ ਥੋੜ੍ਹੇ ਦਿਨ ਪਹਿਲੇ ਸਾਡੇ ਮਾਨਯੋਗ ਹਾਰਟੀਕਲਚਰ ਡਿਪਾਰਟਮੈਂਟ ਦੀ ਡਾਇਰੈਕਟਰ ਆਈ ਹੋਈ ਸੀ ਅਬੋਹਰ ਕੁਦਰਤੀ, ਸਾਨੂੰ ਪਤਾ ਲੱਗ ਗਿਆ, ਠੀਕ ਹੈ ਜੀ, ਅਸੀਂ ਕੁਦਰਤੀ ਪਾਣੀ ਵਾਸਤੇ ਅਤੇ ਕਿਨੂੰ ਦੀ ਗਿਰਦਾਵਰੀ ਵਾਸਤੇ ਧਰਨਾ ਲਾਉਣਾ ਸੀ ਅਤੇ ਸਾਨੂੰ ਪਤਾ ਲੱਗਿਆ ਅਸੀਂ ਉਹਨਾਂ ਨੂੰ ਮਿਲਣਗੇ, ਠੀਕ ਹੈ। ਉਹਨਾਂ ਨੂੰ ਕਾਫੀ ਦਿਨ ਹੋ ਗਿਆ ਇਸ ਚੀਜ਼ ਦੇ ਗੱਲ ਨੂੰ, ਉਹਨਾਂ ਨੂੰ ਮਿਲੇ ਅਤੇ ਉਹਨਾਂ ਨੂੰ ਪਹਿਲੇ ਵੀ ਕਿਹਾ ਹੋਇਆ ਸੀਗਾ ਵੀ ਇਹ ਇਸ ਗੱਲ ਦੇ ਵਾਸਤੇ, ਉਹਨਾਂ ਨੇ ਪਹਿਲੇ ਵੀ 1 ਸਾਲ ਤੋਂ ਸਾਨੂੰ ਟਾਈਮ ਦੇ ਰਹੇ, ਨਹੀਂ ਆਏ ਸੀ ਉਸ ਦਿਨ, ਬੇਸਿਕਲੀ ਆਉਣਾ ਸੀ ਉਹਨਾਂ ਨੇ ਕਿਸੇ ਹੋਰ ਕੰਮ ਵਾਸਤੇ, ਠੀਕ, ਉਹਨਾਂ ਨੇ ਬਟ ਸੈਮੀਨਾਰ ਰੱਖਤਾ, ਚਲੋ ਅੱਛੀ ਹੈ ਰੱਖਿਆ। ਉਹਨਾਂ ਨੂੰ ਇਹ ਸਮਝਾਇਆ ਸੀ ਵੀ ਕਿਉਂ ਨਹੀਂ ਤੁਸੀਂ ਇਹ ਸਿਸਟਮ ਕਰਦੇ ਜੇ ਮੇਰਾ ਬਾਗ ਅੱਜ ਤਬਾਹ ਰਿਹਾ, ਹਾਂਜੀ, ਮੈਂ ਇੱਕ ਮੇਰੇ ਕੱਪੜਿਆਂ ਨਾ ਵੇਖਿਓ ਜੇ ਮੈਨੂੰ ਅੰਦਰ ਮੇਰੇ ਫਾਰਮਰ ਹੈ, ਹਾਂਜੀ, ਮਤਲਬ ਮੈਂ ਜੇ ਖੇਤੀ ਕਰਦਾ ਮੇਰੇ ਨਾਲ ਦੇ ਕਈ ਵਿਚਾਰੇ ਕੱਪੜੇ ਵੀ ਨਹੀਂ ਡੰਗ ਦੇ ਨਾਲ ਪਾ ਜਾਣ ਦੇ, ਉਹਨਾਂ ਨੂੰ ਸਪਰੇਆਂ ਵਾਲੇ ਲੁੱਟਦੇ ਹੈ ਕਿ ਆਹ ਪਾ ਦਿਓ, ਉਹ ਕਰ ਦਿਓ, ਆਹ ਕਰ ਦਿਓ, ਉਹ ਵਿਚਾਰੇ ਲੁੱਟੀ ਜਾਂਦੇ ਔਰ ਬਾਗ ਠੀਕ ਨਹੀਂ ਹੁੰਦੇ, ਠੀਕ ਹੈ। ਕਿਉਂ ਨਹੀਂ ICU ਯੂਨਿਟ ਹੈਗਾ ਸਾਡੇ ਕੋਲ ਇੱਥੇ ਵੀ ਜਦੋਂ ਸਾਰੇ ਡਾਕਟਰਸ ਦੀ ਟੀਮ ਆਏ ਵਿਜ਼ਿਟ ਕਰੇ ਉਹਨੂੰ ਰਿਕਮੈਂਡੇਸ਼ਨ ਦੇ ਕੇ ਜਾਏ ਔਰ ਉਹਦਾ ਬਾਗ ਠੀਕ ਹੋਣਾ ਚਾਹੀਦਾ। ਮਤਲਬ ਤੁਸੀਂ ਇਹ ਚਾਹੁੰਦੇ ਹੋ ਕਿ ਸਰਕਾਰ ਇਸ ਚੀਜ਼ ਦੇ ਵਿੱਚ ਫੁੱਲ ਸਪੋਰਟ ਕਰੇ, ਬਿਲਕੁਲ, ਸਾਨੂੰ ਰਿਸਰਚਰਸ, ਸਾਨੂੰ R&D ਡਿਪਾਰਟਮੈਂਟ ਇਹਦੇ ਵਿੱਚ ਆ ਕੇ ਗਾਈਡ ਕਰੇ, ਗਾਈਡਲਾਈਨ ਦੇਵੇ, ਹਾਂ। ਔਰ ਜਦੋਂ ਪਾਣੀ ਦਾ ਮਸਲਾ ਆਉਂਦਾ ਤਾਂ ਸਰਕਾਰ ਸਾਨੂੰ, ਸ਼ਾਇਦ ਅਸੀਂ ਬਾਰਡਰ ਏਰੀਏ 'ਤੇ ਬੈਠੇ ਹਾਂ, ਇੱਧਰ ਸਾਡੇ ਤੋਂ 8 ਕਿਲੋਮੀਟਰ ਬਾਅਦ ਪਾਕਿਸਤਾਨ ਹੈ, ਇੱਧਰ 10 ਕਿਲੋਮੀਟਰ ਬਾਅਦ ਰਾਜਸਥਾਨ ਹੈ, ਪੰਜਾਬ ਦੇ ਲਾਸਟ ਐਂਡ 'ਚ ਬੈਠੇ, ਨਾ ਸਾਨੂੰ ਰਾਜਸਥਾਨ ਆਪਦਾ ਗਿਣਦਾ, ਨਾ ਸਾਨੂੰ ਪਾਕਿਸਤਾਨ ਆਪਦਾ ਗਿਣਦਾ, ਨਾ ਸਾਨੂੰ ਪੰਜਾਬ ਆਪਦਾ ਗਿਣਦਾ, ਨਾ ਹੀ ਹਰਿਆਣਾ ਸਾਡੇ ਤੋਂ ਇੱਥੋਂ 25 ਕਿਲੋਮੀਟਰ ਹੈ ਉਹ ਗਿਣਦਾ, ਠੀਕ ਹੈ। ਅਸੀਂ ਕਿਹੜੇ ਪਾਸੇ ਜਾਈਏ, ਟੇਲ ਐਂਡ 'ਤੇ ਬੈਠੇ ਹਾਂ, ਜਿੰਨੀ ਲੀਕੇਜ ਹੁੰਦੀ ਹੈ, ਜਿੰਨੀ ਚੋਰੀ ਹੁੰਦੀ, ਉਹ ਫਾਰਮਰਸ ਪਿੱਛੇ ਜੇ ਕੋਈ ਲੈ ਜਾਣ ਜਾਂ ਆਪਦੇ ਪੋਲੀਟੀਕਲ ਦਬਾਅ ਨਾਲ ਪਾਣੀ ਲੈ ਲੈਣ, ਉਹ ਉਹਨਾਂ ਦਾ, ਸਾਡੇ ਕੋਲ ਸਾਡੇ ਵਾਸਤੇ ਕੋਈ ਲਾਅ ਐਂਡ ਆਰਡਰ ਹੈ ਨਹੀਂ, ਡਿਪਾਰਟਮੈਂਟ ਨੂੰ ਕਹਿ ਦੀ ਆਹ ਪਾਈਪਾਂ ਲੱਗੀਆਂ ਫੜੋ, ਜਾਂ ਰਸਤੇ ਸਾਡੇ ਕੀ ਹੈ ਵੱਡੀਆਂ ਨਹਿਰਾਂ 'ਤੇ ਮੋਗੇ ਮਨਜ਼ੂਰ ਸੀ ਆਊਟਲੈਟ, ਉਹ ਸਰਕਾਰਾਂ ਆਉਂਦੀਆਂ ਗਈਆਂ, ਉਹਨਾਂ ਨੇ ਉਹਨਾਂ ਨੂੰ ਪੰਪ ਸੈੱਟ ਲਾਉਣ ਦੀ ਇਜਾਜ਼ਤ ਦੇ ਤੀ। ਉਹ ਪੰਪ ਸੈੱਟ ਜੇ 4 ਇੰਚੀ ਦਾ ਲਾਉਣਾ ਉਹ 8 ਇੰਚੀ ਦਾ ਲਾ ਕੇ ਪਾਣੀ ਕੱਢਦੇ, ਉਹ ਜੇ 50-20 ਹਾਊਸ ਪਾਵਰ ਦਾ ਟਰੈਕਟਰ ਲਾਉਣਾ 60 ਹਾਊਸ ਪਾਵਰ ਦਾ ਟਰੈਕਟਰ, ਉਹ ਨਹਿਰ ਦੀ ਨਹਿਰ ਹੀ ਖਾਲੀ ਕਰ ਦਿੰਦੇ, ਕਿਤੇ ਨਾ ਕਿਤੇ ਡਿਪਾਰਟਮੈਂਟਸ ਦੀ ਕਮੀ ਦੇਖਦੇ। ਬਿਲਕੁਲ। ਅੱਛਾ, ਉਸ ਦਿਨ SC ਸਾਹਿਬ ਆਏ, ਉਹਨਾਂ ਨੂੰ ਕਿਹਾ ਕੈਮੀਕਲ ਵਾਟਰ ਵਿੱਚ ਨਾ ਪਾਉਣ ਦਿਓ, ਕਿਹਾ ਸਾਡੀ ਮੰਨਦੇ ਨਹੀਂ ਜੀ, ਡਿਪਾਰਟਮੈਂਟ ਛੱਡ ਦਿੰਦੇ ਹੋ, ਕਿਉਂ ਜੀ ਤੁਸੀਂ ਆਪਦੇ ਡਿਪਾਰਟਮੈਂਟ ਦੇ ਮਾਲਕ ਹੈ ਨਹੀਂ, ਮੇਰੇ ਘਰ ਦੇ ਅੰਦਰ ਤੁਸੀਂ ਆ ਕੇ ਕਿਵੇਂ ਕਚਰਾ ਸੁੱਟ ਸਕਦੇ ਹੋ? ਬਿਲਕੁਲ, ਇਹਨਾਂ ਦੀਆਂ ਨਹਿਰਾਂ, ਇਹ ਲਾਅ ਐਂਡ ਆਰਡਰ ਮੇਨਟੇਨ ਕਰਨਾ ਇਹਨਾਂ ਨੇ ਕਰਨਾ। ਫਿਰ ਕਹਿੰਦੇ ਅਸੀਂ ਉੱਥੋਂ ਪਿੱਛੋਂ 1164 ਕਿਊਸਿਕ ਪਾਣੀ ਛੱਡਿਆ ਹੋਇਆ ਜੀ, ਇਹ ਪੂਰਾ ਨਹੀਂ ਆਉਂਦਾ ਇਹ, ਜਦੋਂ ਸਾਡੀਆਂ ਨਹਿਰਾਂ ਦਾ ਬਣਦਾ 1164 ਕਿਊਸਿਕ ਹੈ, 1164 ਕਿਊਸਿਕ ਛੱਡਤਾ, ਫਿਰ ਪਾਣੀ ਪਿੱਛੇ ਜਾਂਦਾ ਕਿੱਥੇ?
ਨਹੀਂ ਗੱਲ ਠੀਕ ਹੈ ਚੌਕੀਦਾਰ ਫਾਰਮਰ ਨਹੀਂ ਹੈ ਤੁਸੀਂ ਆਪਦੇ ਆਫੀਸਰਸ ਨੂੰ ਆਪਦੇ ਐਸ ਡੀ ਓਜ਼ ਨੂੰ ਆਪਦੇ ਜੇ ਈਜ਼ ਨੂੰ ਪੁਲਿਸ ਪ੍ਰੋਟੈਕਸ਼ਨ ਦਿਓ ਚਾਹੇ ਜੋ ਮਰਜ਼ੀ ਕਰੋ ਰਸਤੇ 'ਚ ਲੀਕੇਜ ਬੰਦ ਕਰੋ ਲਾਸਟ ਐਂਡ 'ਤੇ ਫਾਰਮਰ ਬੈਠਾ ਕਿ ਪੰਜਾਬ ਦਾ ਨਹੀਂ ਔਰ ਬਾਕੀ ਤੁਸੀਂ ਦੱਸੋ ਜਿਹੜੀਆਂ ਹੋਰ ਛੋਟੀਆਂ ਛੋਟੀਆਂ ਹਜ਼ਾਰਾਂ ਚੀਜ਼ਾਂ ਨੇ ਜਿਨ੍ਹਾਂ 'ਤੇ ਚਾਨਣ ਪਾਈਏ ਤਾਂ ਆਪਾਂ ਸ਼ਾਇਦ 3 ਦਿਨ ਇਸ 'ਤੇ ਬਹਿਸ ਕਰਦੇ ਰਹੀਏ ਤਾਂ ਕੋਈ ਟੌਪਿਕ ਨਹੀਂ ਖਤਮ ਉਸ ਦਿਨ ਇਹ ਵੀ ਸਰਕਾਰ ਇਹ ਵੀ ਕਹਿੰਦੀ ਹੈ ਕਿ ਵੀ ਅਸੀਂ ਤਾਂ ਸਬਸਿਡੀ ਦੇ ਰਹੇ ਹਾਂ ਅਸੀਂ ਤਾਂ ਫਾਰਮਰ ਨੂੰ ਸਪੋਰਟ ਕਰ ਰਹੇ ਹਾਂ ਫਿਰ ਫਾਰਮਰ ਕਿਉਂ ਨਾਰਾਜ਼ ਹੈ ਜੇ ਸਾਡਾ ਫਿਊਚਰ ਆ ਜੋ ਤੁਸੀਂ ਦੇਖ ਰਹੇ ਹੋ ਤਾਂ ਕਿਸ ਚੀਜ਼ ਵਾਸਤੇ ਸਾਨੂੰ ਸਬਸਿਡੀ ਦੇ ਰਹੇ ਹੋ ਵੀ ਇਸ ਮੋੜ 'ਤੇ ਲਿਆ ਕੇ ਮੈਂ 20 ਸਾਲ ਤੋਂ 25 ਸਾਲ ਤੋਂ ਨਾ ਨਰਮਾ ਬੀਜ ਰਿਹਾ ਨਾ ਕਣਕ ਬੀਜ ਰਿਹਾ ਅੱਜ ਮੈਂ ਕਿਹੜੇ ਪਾਸੇ ਦਾ ਕਿੱਧਰ ਜਾਵਾਂ ਉਹਨਾਂ ਨੂੰ ਵੀ ਕੀ ਇਹੀ ਫਿਊਚਰ ਵਿਖਾਉਣਾ ਗੱਲ ਠੀਕ ਹੈ ਜੀ ਵੀ ਅੱਜ ਉਹਨਾਂ ਨੂੰ ਸਬਸਿਡੀ ਦੇ ਕੇ ਕਿਹਨੂੰ ਲਵਾ ਰਹੇ ਹੋ ਕਿਹਨੂੰ ਤੁਹਾਡੇ ਕੋਲ ਸਾਂਭਿਆ ਨਹੀਂ ਜਾਂਦਾ ਪਹਿਲੇ ਵਾਲੇ ਜੇ ਸਾਂਭਿਆ ਨਹੀਂ ਜਾਂਦਾ ਤਾਂ ਨਵਾਂ ਕਿਉਂ ਲਗਾ ਅੱਛਾ ਡਾਈਵਰਸੀਫਿਕੇਸ਼ਨ ਵਾਲੇ ਪਾਸੇ ਵੀ ਨਹੀਂ ਜਾਂਦੇ ਇੱਥੇ ਆਪਣੇ ਏਰੀਏ 'ਚ 20 ਤਰ੍ਹਾਂ ਦੇ ਫਰੂਟ ਹੋ ਸਕਦੇ ਜੇ ਗੌਰਮੈਂਟ ਉਹਦੇ 'ਚ ਇੰਟਰਸਟ ਲਏ ਵੀ ਕੀ ਹੋਰ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਕੁਛ ਟ੍ਰਾਇਲ ਹੋਣ ਕੋਈ ਆੜੂ ਅਮਰੂਦ ਅੰਗੂਰ ਕੋਈ ਕੁਛ ਵੀ ਹਜ਼ਾਰਾਂ ਚੀਜ਼ਾਂ ਜਿਹੜੀਆਂ ਅਸੀਂ ਮਤਲਬ ਤੁਸੀਂ ਆਲਟਰਨੇਟ ਬਾਗਾਂ ਦੀ ਗੱਲ ਕਰਦੇ ਹਾਂ ਆੜੂ ਦੇ ਬਾਗਾਂ ਦੀ ਅਮਰੂਦ ਦੇ ਬਾਗਾਂ ਦੀ ਕੁਛ ਵੀ ਔਰ ਉਹਨਾਂ ਦੀ ਮਾਰਕੀਟਿੰਗ ਦੇ ਬਾਰੇ 'ਚ ਵੀ ਹੋਣੇ ਚਾਹੀਦੇ ਕਨਫਰਮੇਸ਼ਨ ਕਿ ਤੁਸੀਂ ਲਗਾਓ ਸਰਕਾਰ ਤੁਹਾਡੇ ਨਾਲ ਕੋਆਪਰੇਟ ਕਰੇਗੀ ਹੁਣ ਇੱਕ ਛੋਟਾ ਜਿਹਾ ਸੁਝਾਵ ਸੀ 20 ਵਾਰੀ ਸੈਮੀਨਾਰਾਂ 'ਚ ਮੈਂ ਕਹਿਤਾ ਹੋਣਾ ਪਰ ਕੋਈ ਗੌਰ ਹੀ ਨਹੀਂ ਕਰਦਾ ਕਿਉਂਕਿ ਸਭ ਨੂੰ ਪੇ ਘਰੇ ਬੈਠਿਆਂ ਨੂੰ ਮਿਲਦੀ ਹੈ ਤਾਂ ਕੀ ਦਿੱਕਤ ਹੈ ਸਰਕਾਰ ਚਾਹੇ ਤਾਂ ਸਾਨੂੰ ਮੰਡੀਕਰਨ ਬੜਾ ਈਜ਼ੀ ਹੋ ਸਕਦਾ ਪੰਜਾਬ ਸਰਕਾਰ ਦੀਆਂ ਹਰ ਸਟੇਟ 'ਚ ਦੁਕਾਨਾਂ ਹੋਣ ਸੈਂਟਰਲਾਈਜ਼ਡ ਹੋਵੇ ਸਿਸਟਮ ਹਰ ਸਟੇਟ ਦੀਆਂ ਪੰਜਾਬ 'ਚ ਵੀ ਹੋਣ ਵੱਡੇ ਸ਼ਹਿਰਾਂ 'ਚ ਜਿਹੜਾ ਫਰੂਟ ਐਂਡ ਸਬਜ਼ੀ ਜਿਹੜਾ ਪੰਜਾਬ 'ਚ ਆਵੇ ਉਹ ਪੰਜਾਬ ਸਰਕਾਰ ਸੰਭਾਲੇ ਜਿਹੜਾ ਸਾਡਾ ਜਾਵੇ ਉੱਥੋਂ ਦੀ ਸਰਕਾਰ ਸੰਭਾਲੇ ਔਨਲਾਈਨ ਬੋਲੀ ਹੋਵੇ ਅਸੀਂ ਮੋਬਾਈਲ 'ਤੇ ਆਪਦਾ ਵੇਖ ਲਈਏ ਸਾਡਾ ਮਾਲ ਕਿਸ ਰੇਟ ਵਿਕਿਆ ਕੀ ਨਹੀਂ ਸਾਡਾ ਅਗਲੇ ਦਿਨ ਚੈੱਕ ਅਕਾਊਂਟ 'ਚ ਪੈਸੇ ਆਉਣ ਜਾਂ ਜੇ ਫਾਰਮਰ ਉੱਥੇ ਜਾ ਕੇ ਵੇਚਣਾ ਚਾਹੁੰਦਾ ਤਾਂ ਉਹਦੇ ਰਹਿਣ ਦਾ ਸਿਸਟਮ ਹੋਵੇ ਔਰ ਉਹਦਾ ਪੈਸਾ ਸੇਫ ਹੋਵੇ ਸਿਕਿਓਰ ਹੋਵੇ ਔਰ ਉਹਦੇ ਨਾਲ ਠੱਗੀ ਨਾ ਹੋਵੇ ਇੰਨਾ ਹੀ ਸਿਸਟਮ ਕਰਨਾ ਬਿਲਕੁਲ ਜਾਇਜ਼ ਗੱਲ ਹੈ ਜੀ ਅੱਛਾ ਔਰ ਤੁਹਾਨੂੰ ਮੈਂ ਦੱਸਾਂ ਇਹਦੇ ਤੋਂ ਬਚਣ ਵਾਸਤੇ ਮੈਂ 2-3 ਵਾਰੀ ਮਤਲਬ ਜਿੱਥੇ ਮੀਟਿੰਗਸ ਹੋਈਆਂ ਉੱਥੇ ਸਲਾਹ ਦਿੱਤੀ ਅਕਸਰ ਫੋਰਨ ਕੰਟਰੀਜ਼ 'ਚ ਆਪਾਂ ਦੇਖਦੇ ਹਾਂ ਟਰੱਕਸ ਆਉਂਦੇ ਆ ਵੀ ਜਿਹੜੇ ਵੱਡਾ ਪੇੜ 10 ਸਾਲ ਦਾ ਹੈ 20 ਸਾਲ ਦਾ ਪੇੜ ਪੱਟ ਕੇ ਦੂਜੀ ਜਗ੍ਹਾ ਸ਼ਿਫਟ ਕਰ ਦਿੰਦੇ ਹਾਂਜੀ ਹਾਂਜੀ ਉਹ ਮੈਂ ਕਿਹਾ ਆਪਣੇ ਏਰੀਏ 'ਚ ਹਾਰਟੀਕਲਚਰ ਡਿਪਾਰਟਮੈਂਟ ਕੋਲ ਇੰਨੇ ਫੰਡ ਆਉਂਦੇ ਆ ਇਸ ਵਾਰੀ ਹੀ 3-4 ਕਰੋੜ ਰੁਪਇਆ ਤਾਂ ਇਹਨਾਂ ਦਾ ਵਾਪਸ ਕੋਲੈਪਸ ਹੋਇਆ ਸੈਂਟਰ ਗੌਰਮੈਂਟ ਕੋਲ ਗਿਆ ਠੀਕ ਹੈ ਉਹ 60-70 ਲੱਖ ਰੁਪਏ ਦਾ ਟਰੱਕ ਹੈ ਜੇ ਉਹ ਮੰਨ ਲਓ ਮੇਰੀ ਗੱਲ ਸੁਣੋ ਮੇਰੇ ਪਲਾਂਟਸ ਵਿੱਚੋਂ ਮਰ ਗਏ ਹਾਂਜੀ ਹਾਂਜੀ ਤਾਂ ਮੈਂ ਇੱਕ ਸਾਈਡ ਤੋਂ ਪੁੱਟ ਕੇ ਬਾਹਰ ਉਹ ਮੇਰੇ ਕੋਲ ਸਿਸਟਮ ਹੋਏ ਇੱਥੇ ਸਰਕਾਰੀ ਵੀ ਮੈਂ ਈਜ਼ੀਲੀ ਉਹਨੂੰ ਅਵੇਲ ਕਰ ਸਕਾਂ ਮੈਂ ਇਹ ਜੇ ਖਰਾਬ ਪੌਦੇ ਪੱਟ ਕੇ ਉਹਦੀ ਥਾਂ 'ਤੇ ਇੱਕ ਸਾਈਡ ਤੋਂ ਚੰਗੇ ਪੌਦੇ ਪੱਟ ਕੇ ਮੇਰੇ ਕੋਲ ਜਿਸ ਤਰ੍ਹਾਂ ਹੁਣ 30 ਕਿੱਲੇ ਜਾਂ 28 ਕਿੱਲੇ ਬਾਗ ਰਹਿ ਗਿਆ ਮੈਂ 8 ਕਿੱਲੇ ਖਤਮ ਕਰ ਦਿਆਂ ਠੀਕ ਹੈ ਬਾਕੀ 20 ਕਿੱਲੇ ਤਾਂ ਮੇਰਾ ਟੌਪ ਦਾ ਬਾਗ ਰਹਿ ਜੇ ਠੀਕ ਹੈ ਮੈਨੂੰ 8 ਕਿੱਲਿਆਂ 'ਤੇ ਖਰਚਾ ਨਹੀਂ ਕਰਨਾ ਪੈਣਾ ਬਿਲਕੁਲ ਮੈਂ ਉਹਦੇ 'ਤੇ ਕੋਈ ਹੋਰ ਟਾਈਪ ਦਾ ਫਰੂਟ ਲਾ ਸਕਦਾ ਮੈਂ ਕੋਈ ਫਸਲ ਹੋਰ ਕਰ ਸਕਦਾ ਜਾਂ ਮੈਂ ਉਹਦਾ ਪਾਣੀ ਵੀ ਬਚਾ ਸਕਦਾ ਮੈਨੂੰ ਕਲਟੀ ਪਰ ਨਹੀਂ ਸਾਨੂੰ ਕੋਈ ਰਿਸਪੌਂਸ ਨਹੀਂ ਕਿਤੋਂ ਉਸ ਗੱਲ 'ਤੇ ਕੋਈ ਰਿਸਪੌਂਸ ਹਾਂ ਇਹ ਡਾਇਰੈਕਟਰ ਸਾਹਿਬ ਨੂੰ ਵੀ ਮੈਂ ਕਿਹਾ ਸੀ ਠੀਕ ਹੈ ICU ਦਾ ਵੀ ਕਿਹਾ ਸੀ ਇਹ ਵੀ ਕਿਹਾ ਸੀ ਪਰ ਇਹਨਾਂ ਚੀਜ਼ਾਂ 'ਚ ਕੁਛ ਨਹੀਂ ਲੋਕਾਂ ਹੁਣ ਡਿੱਗੀਆਂ ਬਣਾਉਂਦੇ ਇਹਦੇ ਵਿੱਚ ਨਵਾਂ ਐਡ ਕਰਤਾ ਪਹਿਲੇ ਨਹੀਂ ਹੁੰਦਾ ਸੀ ਮਾਈਨਿੰਗ ਤੋਂ ਉੱਪਰ ਮਾਈਨਿੰਗ ਡਿਪਾਰਟਮੈਂਟ ਤੋਂ ਪਰਮਿਸ਼ਨ ਲਓ ਹੁਣ ਕਿਸਾਨ ਨੇ ਖੇਤ 'ਚ ਡਿੱਗੀ ਬਣਾਉਣੀ ਉਹਨੂੰ ਮਾਈਨਿੰਗ ਡਿਪਾਰਟਮੈਂਟ ਵਾਲੇ ਦਵਾਲ ਨਹੀਂ ਕੋਈ ਪੈਸੇ ਦਿਓ ਰਿਸ਼ਵਤ ਦਿਵਾ ਕਰੋ ਡਿੱਗੀਆਂ 'ਤੇ ਸਬਸਿਡੀ ਮਿਲਦੀ ਰਹੀ ਵਿੱਚੋਂ 15 ਲੱਖ ਰੁਪਇਆ ਲੈ ਨਹੀਂ ਸਕਦੇ ਆਪਣੀ ਪੰਜਾਬ ਸਰਕਾਰ ਦਾ ਸਿਸਟਮ ਤਾਂ ਖਾਸ ਤੌਰ 'ਤੇ ਇੰਨਾ ਮਾੜਾ ਸੀ 15 ਲੱਖ ਰੁਪਇਆ ਪਹਿਲੇ ਲਾਓ ਡਿੱਗੀ ਬਣਾਓ ਉਸ ਤੋਂ ਬਾਅਦ ਇਹਨਾਂ ਦਾ ਇਹ ਕੰਮ ਹੁੰਦਾ ਸੀ ਜੇ ਤਾਂ ਸਰਕਾਰ ਦੇ ਪੈਸੇ ਮੁੱਕ ਗਏ ਅਗਲੇ ਸਾਲ ਮਿਲਣਗੇ ਉਹਦੇ 'ਚ ਕੀ ਹੈ ਸਿਰਫ ਲੀਡਰਸ ਜਾਂ ਵੱਡੇ ਅਮੀਰ ਆਦਮੀ ਆਪਦਾ ਬੈਨੀਫਿਟ ਲਏ ਤਾਂ ਤੁਹਾਡੇ ਨਾਲ ਗੱਲਬਾਤ ਕਰਕੇ ਵੀ ਬਹੁਤ ਚੰਗਾ ਵੀ ਲੱਗਿਆ ਅਤੇ ਬਹੁਤ ਕੁਛ ਸਿੱਖਣ ਨੂੰ ਵੀ ਮਿਲਿਆ ਅਤੇ ਤੁਹਾਡੇ ਜਿਹੜਾ ਇੰਨੇ ਸਾਲਾਂ ਦਾ ਤਜਰਬਾ ਰਿਹਾ 40-42 ਸਾਲਾਂ ਦਾ ਬਾਗਬਾਨੀ ਦੇ ਵਿੱਚ ਤਜਰਬਾ ਰਿਹਾ ਸੋ ਉਸ ਚੀਜ਼ਾਂ ਤੋਂ ਵੀ ਬਹੁਤ ਕੁਛ ਸਿੱਖਣ ਨੂੰ ਵੀ ਮਿਲਿਆ ਤੁਹਾਡਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਇਹ ਸੀਗੇ ਮੇਰੇ ਨਾਲ ਫਾਰਮਰ ਅਜੇ ਵਧਵਾ ਜਿਹੜੇ ਕਿ 42 ਸਾਲਾਂ ਤੋਂ ਫਾਰਮਿੰਗ ਕਰ ਰਿਹਾ ਖਾਸ ਤੌਰ 'ਤੇ ਕਿਹਨੂੰ ਫਾਰਮਿੰਗ ਕਰ ਰਿਹਾ ਅਤੇ ਅੱਜ ਕੁਰਲਾ ਰਹੇ ਨੇ ਕਿ ਸਾਡੇ ਬਾਗ ਮਰ ਰਹੇ ਹੈ ਉਹਨਾਂ ਨੂੰ ਬਚਾ ਲਓ ਸਰਕਾਰ ਨੂੰ ਗੁਹਾਰ ਲਾ ਰਹੇ ਹੈ ਕਿ ਇਹਨਾਂ 'ਤੇ ਪੋਲਿਸੀਜ਼ ਨਵੀਂ ਬਣਾਈਆਂ ਜਾਣ ਇਹਨਾਂ 'ਤੇ ਨਵੇਂ ਡਿਪਾਰਟਮੈਂਟਸ ਨੂੰ ਖੜ੍ਹਾ ਕੀਤਾ ਜਾਵੇ ਚੈਕਿੰਗ ਡਿਪਾਰਟਮੈਂਟਸ ਨੂੰ ਖੜ੍ਹਾ ਕੀਤਾ ਜਾਵੇ ਸੋ ਉਮੀਦ ਕਰਦੇ ਹਾਂ ਕਿ ਸਰਕਾਰ ਇਹਨਾਂ ਦੀ ਗੱਲ 'ਤੇ ਜ਼ਰੂਰ ਗੌਰ ਕਰੂਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ